ਅਜਿਹੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਫੌਜੀ ਜਵਾਨ ਦੀ ਮੌਤ ਹੋ ਗਈ ਹੈ, ਸੱਪ ਦੇ ਡੰਗਣ ਦੇ ਕਾਰਨ ਉਸਦੀ ਜਾਨ ਚਲੀ ਗਈ ਹੈ। ਦਰਅਸਲ ਇਹ ਜਿਹੜਾ ਨੌਜਵਾਨ ਸੀ ਉਹ ਅੰਬਾਲਾ ਦੇ ਵਿੱਚ ਕੋਰਸ ਦੇ ਲਈ ਆਇਆ ਹੋਇਆ ਸੀ, ਇਸ ਦੌਰਾਨ ਉਸਨੂੰ ਸੱਪ ਜਿਹੜਾ ਉਹ ਡੰਗ ਦਿੰਦਾ ਹੈ, ਜਿਸ ਤੋਂ ਬਾਅਦ ਉਸਦੀ ਜਾਨ ਚਲੀ ਜਾਂਦੀ ਹੈ। ਤੁਹਾਨੂੰ ਦੱਸ ਦਈਏ ਕਿ ਇਹ ਜਿਹੜਾ ਜਵਾਨ ਹੈ ਉਹ 2018 ਤੋਂ ਡਿਊਟੀ ਜਿਹੜੀ ਹੈ ਨਿਭਾ ਰਿਹਾ ਹੈ। ਜੰਮੂ ਕਸ਼ਮੀਰ ਦੇ ਵਿੱਚ ਇਹ ਤੈਨਾਤ ਸੀ, ਪਰ ਆਪਣੇ ਪੜ੍ਹਾਈ ਦੇ ਲਈ ਕੋਰਸ ਦੇ ਲਈ ਉਹ ਅੰਬਾਲਾ ਆਇਆ ਹੋਇਆ ਸੀ, ਇਸ ਦੌਰਾਨ ਸੱਪ ਦੇ ਵੱਲੋਂ ਉਸਨੂੰ ਡੰਗਿਆ ਜਾਂਦਾ ਹੈ, ਜਿਸ ਤੋਂ ਬਾਅਦ ਹਸਪਤਾਲ ਦੇ ਵਿੱਚ ਉਸਨੂੰ ਦਾਖਲ ਕਰਵਾਇਆ ਜਾਂਦਾ ਹੈ, ਪਰ ਇਲਾਜ ਦੌਰਾਨ ਉਹ ਦਮ ਤੋੜ ਦਿੰਦਾ ਹੈ। ਸੋ ਇਹ ਨੌਜਵਾਨ ਜਿਹੜਾ ਹੈ ਬਰਨਾਲਾ ਜ਼ਿਲ੍ਹੇ ਦੇ ਨਾਲ ਸੰਬੰਧ ਰੱਖਦਾ ਹੈ, ਜਿਸ ਦਾ ਨਾਮ ਸਿਮਰਨਦੀਪ ਸਿੰਘ ਦੱਸਿਆ ਜਾ ਰਿਹਾ ਹੈ। ਦੱਸ ਦਈਏ ਕਿ ਸਿਮਰਨਦੀਪ ਸਿੰਘ ਜੋ ਕਿ 2018 ਤੋਂ ਫੌਜ ਦੇ ਵਿੱਚ ਆਪਣੀ ਡਿਊਟੀ ਨਿਭਾ ਰਿਹਾ ਸੀ ਤੇ ਉਹ ਕੁਝ ਦਿਨ ਪਹਿਲਾਂ ਹੀ ਪੜ੍ਹਾਈ ਦੇ ਸਿਲਸਿਲੇ ਦੇ ਵਿੱਚ ਅੰਬਾਲਾ ਆਇਆ ਹੋਇਆ ਸੀ। ਰਾਤ ਨੂੰ ਜਦੋਂ ਪੜ੍ਹਾਈ ਕਰਕੇ ਸੋਇਆ ਤਾਂ ਇਸ ਦੌਰਾਨ ਸੱਪ ਜਿਹੜਾ ਉਸਦੇ ਮੰਜੇ ਤੇ ਚੜ ਜਾਂਦਾ ਹੈ ਤੇ ਉਸ ਤੋਂ ਬਾਅਦ ਉਸਨੂੰ ਡੰਗ ਦਿੰਦਾ ਹੈ। ਹਾਲਾਂਕਿ ਸਵੇਰੇ ਜਦੋਂ ਹੁੰਦੀ ਹੈ ਤਾਂ ਹੋਰ ਜਿਹੜੇ ਫੌਜੀ ਜਵਾਨ ਹੁੰਦੇ ਨੇ ਉਸਨੂੰ ਉਠਾਉਣ ਦੀ ਕੋਸ਼ਿਸ਼ ਕਰਦੇ ਨੇ, ਉਸ ਦੌਰਾਨ ਉਹ ਉੱਠਦਾ ਤਾਂ ਹੈ ਪਰ ਉਸਦੀ ਤਬੀਅਤ ਵਿਗੜਦੀ ਹੋਈ ਵੇਖ ਨੌਜਵਾਨਾਂ ਦੇ ਵੱਲੋਂ ਉਸਨੂੰ ਫੌਜ ਦੇ ਮਿਲਟਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ, ਜਿੱਥੇ ਇਲਾਜ ਦੌਰਾਨ ਉਹ ਦਮ ਤੋੜ ਦਿੰਦਾ ਹੈ। ਦੱਸ ਦਈਏ ਕਿ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਬੇਬਸ ਪਿਓ ਜਿਸ ਦੀਆਂ ਅੱਖਾਂ ਦੇ ਵਿੱਚ ਹੰਝੂ ਨਜ਼ਰ ਆ ਰਹੇ ਨੇ, ਕੈਮਰੇ ਅੱਗੇ ਭੁੱਬਾ ਮਾਰ ਮਾਰ ਰੋ ਰਿਹਾ ਹੈ। ਇਸ ਦੇ ਨਾਲ ਹੀ ਸਿਮਰਨਦੀਪ ਦੇ ਲਈ ਉਹਨਾਂ ਨੇ ਮੰਗ ਕੀਤੀ ਹੈ ਕਿ ਸਿਮਰਨਦੀਪ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਣਾ ਚਾਹੀਦਾ ਹੈ। ਇਸ ਮੌਕੇ ਸਥਾਨਕ ਵਾਸੀ ਤੇ ਸਾਬਕਾ ਫੌਜੀ ਨਛੱਤਰ ਸਿੰਘ ਨੇ ਉਹਨਾਂ ਕਿਹਾ ਹੈ ਕਿ ਇਸ ਜਵਾਨ ਦਾ ਬੁੱਤ ਜਿਹੜਾ ਹੈ ਸਾਡੇ ਵਾਰਡ ਦੇ ਵਿੱਚ ਲਗਾਉਣਾ ਚਾਹੀਦਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਅਗਨੀਵੀਰਾਂ ਸਮੇਤ ਹਰ ਸ਼ਹੀਦ ਫੌਜੀ ਦੇ ਘਰ ਜਾ ਕੇ 1 ਕਰੋੜ ਰੁਪਏ ਦੀ ਸਹਾਇਤਾ ਪਰਿਵਾਰਾਂ ਨੂੰ ਦੇਣੀ ਚਾਹੀਦੀ ਹੈ, ਜਿਸ ਕਰਕੇ ਉਹਨਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਉਕਤ ਪਰਿਵਾਰ ਨੂੰ ਮੁਆਵਜ਼ਾ ਦੇਣ। ਉਹਨਾਂ ਨੇ ਦੱਸਿਆ ਹੈ ਕਿ ਪਰਿਵਾਰ ਬਰਨਾਲਾ ਦੇ ਸੰਧੂਪਤੀ ਏਰੀਏ ਦਾ ਰਹਿਣ ਵਾਲਾ ਹੈ ਤੇ ਮ੍ਰਿਤਕ ਨੌਜਵਾਨ ਜਿਹੜਾ ਸੀ ਉਹ ਕੁਆਰਾ ਸੀ, ਇੱਕ ਉਹਦੀ ਭੈਣ ਹੈ ਤੇ ਇੱਕ ਛੋਟਾ ਭਰਾ ਹੈ। ਪਰਿਵਾਰਕ ਮੈਂਬਰਾਂ ਦੇ ਵੱਲੋਂ ਹੁਣ ਮੰਗ ਕੀਤੀ ਜਾ ਰਹੀ ਹੈ ਕਿ ਘਰ ਦੇ ਇੱਕ ਸਦੱਸਯ ਨੂੰ ਸਰਕਾਰੀ ਨੌਕਰੀ ਦਿੱਤੀ ਜਾਣੀ ਚਾਹੀਦੀ ਹੈ। ਹੁਣ ਕੀ ਕੁਝ ਕਹਿਣਾ ਹੈ ਪਰਿਵਾਰਕ ਮੈਂਬਰਾਂ ਦਾ ਉਹ ਤੁਹਾਨੂੰ ਸੁਣਾ ਦਿੰਦੇ ਹਾਂ। ਇਹਨਾਂ ਜੀ ਇਹ ਰਾਤ ਨੂੰ ਮਤਲਬ ਵੀ ਆਪਣਾ ਰੋਟੀ ਪਾਣੀ ਖਾ ਕੇ ਰਾਤ ਨੂੰ ਆਪਣੇ ਪੜ੍ਹਾਈ ਕਰਨ ਲੱਗ ਕੇ 11 ਵਜੇ ਤੱਕ ਪੜ੍ਹਾਈ ਕਰਦੇ ਰਹੇ ਅਤੇ ਉਸ ਤੋਂ ਬਾਅਦ ਜਦੋਂ ਸੌਂਗੇ ਉਦੋਂ ਬਾਅਦ ਜੇ ਕੋਈ ਖਤਰਨਾਕ ਕੋਈ ਸੱਪ ਆਇਆ ਉਹਦੇ ਬਿਸਤਰੇ 'ਤੇ ਚੜ੍ਹ ਗਿਆ, ਬਿਸਤਰੇ 'ਤੇ ਚੜ੍ਹਾ ਹੋਇਆ ਅਤੇ ਜਦੋਂ ਇਹ ਸੌਂ ਗਿਆ ਇਹਨੂੰ ਕੁਛ ਨਹੀਂ ਪਤਾ ਲੱਗਿਆ। ਜਦੋਂ ਇਹਨਾਂ ਨੇ ਕਦੇ ਕਾਰਬਟ ਲੈਤੀ ਪਾਸਾ ਲੈਤਾ ਤਾਂ ਉਹਦੇ ਉੱਪਰ ਕਾਰਬਟ ਲੈਤੀ ਗਈ ਤਾਂ ਉਹਨੇ ਸੱਪ ਨੇ ਉਹਦੇ ਡੰਗ ਮਾਰਿਆ ਅਤੇ ਡੰਗ ਲੰਘਣ ਤੋਂ ਬਾਅਦ 'ਚ ਇਹਨਾਂ ਨੂੰ ਕੁਛ ਨਹੀਂ ਪਤਾ ਲੱਗਾ ਵੀ ਫਿਰ ਸੌਂ ਗਏ। ਕੁਛ ਇਹਨਾਂ ਦਾ ਜਿਹੜਾ ਸੀਗਾ ਪੋਜਨ ਸੀ, ਪੋਜਨ ਕਰਕੇ ਉਹਨਾਂ ਨੂੰ ਨਸ਼ਾ ਹੋ ਗਿਆ ਜ਼ਿਆਦਾ ਤਾਂ ਉਹਨਾਂ ਨੂੰ ਬੇਹੋਸ਼ ਹੋ ਗਏ। ਬੇਹੋਸ਼ ਹੋਣ ਤੋਂ ਬਾਅਦ ਜਦੋਂ ਸਵੇਰੇ ਮੋਰਨਿੰਗ 4 ਵਜੇ ਉਹ ਉੱਠੇ, 4 ਵਜੇ ਉੱਠਣ ਤੋਂ ਬਾਅਦ ਉਹਨਾਂ ਨੇ ਮੁੰਡਿਆਂ ਦੇ ਨਾਲ ਸਾਥੀਆਂ ਨੇ ਜਦੋਂ ਉਹਨੂੰ ਉਠਾਇਆ ਅਤੇ ਵੀ ਸਿਮਰਨਜੀਤ ਉੱਠਾ ਅਤੇ ਉੱਠ ਖੜਿਆ, ਕਹਿੰਦਾ ਵੀ ਸਿਮਰਨਜੀਤ ਕਹਿੰਦਾ ਜੀ ਮੈਨੂੰ ਚੱਕਰ ਆ ਰਹੇ ਨੇ, ਕਹਿੰਦੇ ਚੱਕਰ ਆ ਰਹੇ ਨੇ ਅਤੇ ਕਹਿੰਦੇ ਵੀ ਮੇਰੇ ਢੂਹੀ 'ਤੇ ਵੀ ਦਰਦ ਹੋ ਰਿਹਾ ਵੀ ਦੇਖੋ ਮੇਰੇ ਢੂਹੀ 'ਤੇ ਦਰਦ ਕੀ ਹੈਗਾ। ਅਤੇ ਉਸ ਤੋਂ ਬਾਅਦ ਜਦੋਂ ਦੇਖਿਆ ਵੀ ਉਹਦੇ ਸੱਪ ਨੇ ਉਹਦੇ ਡੰਗ ਮਾਰੇ ਹੋਏ ਸੀ ਪਿੱਛੇ 2 ਢੂਹੀ ਦੇ ਉੱਪਰ, ਅਤੇ ਜਦੋਂ ਫਿਰ ਆਪਣੇ ਉਹਨਾਂ ਦੇ ਜਿਹੜੇ ਸੀਨੀਅਰ ਸੀਗੇ ਸੀਨੀਅਰ ਨੂੰ ਦੱਸਿਆ ਵੀ ਐਂ ਕਰਕੇ ਵੀ ਆਪਣੇ ਸਾਥੀ ਨੂੰ ਵੀ ਉਹਨਾਂ ਨੇ ਵੀ ਜਿਹੜਾ ਸਫਾਈ ਆ ਉਹਨੂੰ ਪੱਟ ਲਿਆ ਸੱਪ ਨੇ, ਅਤੇ ਉਹਨਾਂ ਨੇ ਫਟਾਫਟ ਕਾਰਵਾਈ ਕੀਤੀ, ਆਪਣੀ ਗੱਡੀ ਫੌਜ ਦੀ ਗੱਡੀ ਮੰਗਾਈ, ਗੱਡੀ ਮੰਗਾ ਕੇ
ਅਤੇ ਆਪਣੇ ਸਿਵਲ ਫੌਜੀ ਹਸਪਤਾਲ ਦੇ ਵਿੱਚ ਉਹਨੂੰ ਦਾਖਲ ਕਰਵਾਇਆ। 4-5 ਘੰਟੇ ਇਲਾਜ ਚੱਲਣ ਤੋਂ ਬਾਅਦ ਅਖੀਰ ਜਦੋਂ ਜ਼ਿਆਦਾ ਭੋਜਨ ਹੋਣ ਦੇ ਕਾਰਨ ਤਾਂ ਉਹ ਮੇਰਾ ਬੇਟਾ ਸਿਮਰਨਜੀਤ ਸਿੰਘ ਆ, ਉਹਨਾਂ ਦੀ ਡੈਥ ਹੋ ਗਈ। ਡਿਊਟੀ ਦੌਰਾਨ ਉਹਨਾਂ ਦੀ ਡੈਥ ਹੋਈ ਆ, ਅਤੇ ਉਹਨਾਂ ਕੋਰਸ ਕਰਨ ਵਾਸਤੇ ਉੱਥੇ ਆਏ ਹੋਏ ਸੀ। ਕੀ ਮੰਗ ਕਰਦੇ ਹੋ ਸਰਕਾਰ ਤੋਂ? ਸਰਕਾਰ ਤੋਂ ਅਸੀਂ ਮੰਗ ਚਾਹੁੰਦੇ ਹਾਂ ਵੀ ਮੇਰੇ ਲੜਕੇ ਨੂੰ ਸ਼ਹੀਦ ਦਾ ਸਤਿਕਾਰ ਦਿੱਤਾ ਜਾਣਾ ਚਾਹੀਦਾ। ਜੋ ਵੀ ਮਾਨ ਸਨਮਾਨ ਸ਼ਹੀਦਾਂ ਨੂੰ ਦਿੱਤਾ ਜਾਂਦਾ ਹੈਗਾ, ਉਹ ਉਹਨਾਂ ਨੂੰ ਜੋ ਫੌਜੀਆਂ ਨੂੰ ਸ਼ਹੀਦਾਂ ਦਿੱਤਾ ਜਾਂਦਾ, ਉਹ ਮਾਨ ਸਨਮਾਨ ਉਹਨਾਂ ਨੂੰ ਦੇਣਾ ਚਾਹੀਦਾ ਹੈਗਾ ਵੀ ਉਹਨਾਂ ਨੂੰ ਦੇਖ ਕੇ, ਜੋ ਵੀ ਮੇਰਾ ਬੱਚਾ ਸੀ ਹੀਰੋ ਆ, ਉਹਨਾਂ ਨੂੰ ਦੇਖ ਕੇ ਸ਼ਹੀਦਾਂ ਦਰਜਾ ਦੇਣਾ ਚਾਹੀਦਾ, ਉਹਨਾਂ ਨੂੰ ਸ਼ਹੀਦਾਂ ਦਾ ਮਾਣ ਸਨਮਾਨ ਦੇਣਾ ਚਾਹੀਦਾ। ਅਤੇ ਸਰਕਾਰ ਨੂੰ ਮੈਂ ਮੰਗ ਕਰਦਾ, ਜੋ ਵੀ ਫੌਜੀ ਸ਼ਹੀਦ ਹੁੰਦਾ, ਜੋ ਜੈਸੇ ਮੇਰਾ ਬੱਚਾ ਹੋਇਆ, ਉਹਨਾਂ ਨੂੰ ਜੋ ਵੀ ਉਹਨਾਂ ਨੂੰ ਸਹਾਇਤਾ ਮਿਲਣੀ ਚਾਹੀਦੀ ਆ, ਉਹ ਮਿਲਣੀ ਚਾਹੀਦੀ। ਵਿਆਹ ਹੋਇਆ ਸੀ? ਕੋਈ ਜੋ ਗੌਰਮੈਂਟ ਦੇ ਅੰਡਰ ਡਿਊਟੀ ਕਰ ਰਿਹਾ, ਸੈਂਟਰਸਕਾ ਦੀ ਡਿਊਟੀ ਕਰ ਰਿਹਾ, ਸੈਂਟਰਸਕਾ ਦੇ ਦੌਰਾਨ ਡਿਊਟੀ ਦੇ ਆਰਮੀ ਦੇ ਵਿੱਚ ਔਨ ਡਿਊਟੀ ਸੀ ਬੰਦਾ, ਜਦੋਂ ਉਹਦੀ ਡੈਥ ਹੋ ਰਹੀ ਹੈ, ਮਿਲਟਰੀ ਹਸਪਤਾਲ ਦੇ ਵਿੱਚ ਡੈਥ ਹੋ ਰਹੀ ਹੈ, ਔਨ ਡਿਊਟੀ ਡੈਥ ਹੋ ਰਹੀ ਹੈ। ਸਵੇਰੇ ਮੋਰਨਿੰਗ ਪਰੇਡ ਅਟੈਂਡ ਕਰਨ ਵਾਸਤੇ ਬੱਚਿਆਂ ਨੂੰ ਉਠਾਇਆ, ਉਹਨੂੰ ਸ਼ਹੀਦ ਦਰਜਾ ਤਾਂ ਮਿਲਣਾ ਜ਼ਰੂਰੀ ਹੈ ਜੀ, ਕਿਉਂਕਿ ਉਹ ਔਨ ਡਿਊਟੀ ਸੀ, ਸ਼ਹੀਦ ਦਰਜਾ ਮਿਲਣਾ ਚਾਹੀਦਾ, ਉਸ ਦਾ ਬੁੱਤ ਬਣਨਾ ਚਾਹੀਦਾ, ਸਾਡੇ ਮੁਹੱਲੇ ਦੇ ਵਿੱਚ ਪਤਾ ਲੱਗੇ ਵੀ ਹਾਂ ਵੀ ਇਹ ਸ਼ਹੀਦ ਹੈ। ਦੂਸਰੀ ਗੱਲ ਇਹ ਆ, ਜੋ ਮਾਂ ਨੂੰ ਬਾਪ ਨੂੰ ਇਹਦਾ ਮਿਲਣਾ ਚਾਹੀਦਾ ਮੁਲਾਜ਼ਮਾਂ, ਜੋ ਵੀ ਹੈ ਮੁੱਖ ਮੰਤਰੀ ਸਾਹਿਬ ਤਕਰੀਬਨ ਅਗਨੀਵੀਰਾਂ ਬਾਰੇ ਵੀ ਇਹ ਕਰ ਰਹੇ ਸੀ, ਬੇਟਾ ਅਗਨੀਵੀਰ ਨਹੀਂ ਸੀ, ਇਹ ਔਨ ਡਿਊਟੀ 700-800 ਸਾਲ ਤੋਂ ਇਹ ਡਿਊਟੀ 'ਤੇ ਸੀ। ਦੂਸਰੀ ਗੱਲ ਇਹ ਆ ਵੀ ਜਿਹੜਾ ਅਗਨੀਵੀਰ ਦੇ ਮੁੱਖ ਮੰਤਰੀ ਸਾਹਿਬ ਘਰ ਜਾ ਕੇ ਕਰੋੜ ਰੁਪਈਆ ਦੇ ਕੇ ਆਏ ਆ, ਕਮ ਸੇ ਕਮ ਬੱਚੇ ਲਈ ਵੀ ਸਨਮਾਨ ਹੋਣਾ ਚਾਹੀਦਾ। ਇਹ ਅਗਨੀਵੀਰ ਨਹੀਂ ਸੀ, ਇਹ ਔਨ ਡਿਊਟੀ ਸੀ, ਪਰਮਾਨੈਂਟ ਡਿਊਟੀ ਸੀ। ਇੰਨੀਆਂ ਕੁ ਬੇਨਤੀਆਂ ਕਰਦੇ ਕਿ ਬੇਟਾ ਜੀ, ਇਹ ਬਰਨਾਲਾ ਸਿਟੀ ਸੰਧੂ ਪੱਤੀ ਬਰਨਾਲੇ ਦੇ ਬਾਬਾ ਸੰਗਤ ਸਿੰਘ ਜੀ ਗੁਰਦੁਆਰਾ ਦੇ ਕੋਲ ਘਰ, ਇਹਨਾਂ ਦਾ ਬਾਬਾ ਜੀਵਨ ਸਿੰਘ ਗੁਰਦੁਆਰੇ ਦੇ ਕੋਲ ਘਰ ਆ, ਪਟਵਾਰਖਾਨਾ ਨੇੜੇ ਆ, ਨਜ਼ਦੀਕ ਆ, ਬਰਨਾਲੇ ਦੇ ਨਾਲ ਸੰਬੰਧ ਸੀ। ਨਹੀਂ ਜੀ, ਅਨਮੈਰਿਡ ਸੀ ਬੱਚਾ। ਭੈਣ ਭਰਾ ਇੱਕ ਭੈਣ ਆ, ਇੱਕ ਦੋ ਬ੍ਰਦਰ ਆ, ਭੈਣ ਵਿਆਹੀ ਹੋਈ ਆ, ਬ੍ਰਦਰ ਛੋਟੇ, ਹਾਂ ਬ੍ਰਦਰ ਇਹ ਵੱਡਾ ਸੀ। ਨੌਕਰੀ ਦੇ ਪਰਿਵਾਰ ਦੇ ਵਿੱਚ ਛੋਟੇ ਬੇਟੇ ਨੌਕਰੀ ਦਿੱਤੀ ਜਾਵੇ, ਉਹ ਬੇਰੁਜ਼ਗਾਰ ਆ, ਉਸਨੂੰ ਡਿਊਟੀ ਦਿੱਤੀ ਜਾਵੇ,